हमारे चैनल LF News 24 को सब्सक्राइब करें और बेल आइकन दबाएं ताकि आपको हमारी नोटिफिकेशन मिलती रहे। जिला अमृतसर के कस्बा वेरका के रहने वाली रंजू बाला ने अपने पति बाबा जोरा सिंह, पुत्र बाबा धर्म सिंह जो कि बाबा जीवन सिंह जी गुरद्वारा साहेब सब्जी मंडी अमृतसर का मुख्य जथेदार है, रंजू बाला ने दसिया कि बाबा जोरा सिंह नाल मेरी शादी 2008 विच होई सी। मेरे घर विच बच्चा ना होने कारण मेरी मार कुटाई ते मेरे नाल बदसलूकी कर लग पए, पर मैं बर्दाश्त करती रही। कुछ समय बाद मैं ते मेरे पति बाबा जोरा सिंह ने सलाह करके मेरी भैन की नवजन्मी बच्ची नू गोद लै लिया, पर हुण मैनू ते मेरी 8 साल की धी नू घरों बाहर कढ दिता गया है। असी दोनों माँ बेटी दर दर दियां ठोकरां खा रही हाँ। मैं सरकार अगे बेनती करती हाँ कि मैनू ते मेरी धी नू इंसाफ दिता जावे। जदों पत्रकारां ने रंजू बाला दे पति बाबा जोरा सिंह दे कोलों उस दा पक्ष जाचण की कोशिश की तां बाबा जोरा सिंह ने पक्ष देण तों साफ इनकार कर दिता। अमृतसर तो अंग्रेज सिंह की खास रिपोर्ट LF News 24। आज की नाम जी ਤੁਹਾਡਾ? मेरा नाम रंजू है। ਤੇ ਕੀ ਮਾਮਲਾ ਜੀ ਸਾਰਾ? ਮੇਰੇ ਹਸਬੰਦ ਨੇ ਮੈਨੂੰ 2018 ਤੋਂ ਬਾਅਦ ਕੱਟਿਆ ਘਰੋਂ ਬਾਹਰ ਤੇ ਮੈਂ ਉੱਥੇ ਰੈਂਟ ਤੇ ਰਹਿ ਰਹੀ ਹਾਂ ਮੇਰੇ ਕੋਲ। ਤੇ ਅੱਜ ਮੈਂ ਅੰਮ੍ਰਿਤਸਰ ਵਿੱਚ ਮੈਂ ਆਪਣਾ ਕੇਸ ਲਾਇਆ ਸੀ ਜਿਹਦੇ ਵਿੱਚ ਮੇਰੀ 1-10 ਕੀ ਹੋਈ ਸੀ ਤੇ ਅੱਜ 17 ਦਿਨ ਸੀ, ਅੱਜ ਵੀ ਕੇਸ ਸੀ, ਅੱਜ ਵੀ ਕੋਈ ਮੇਰਾ ਨਿਬੜਿਆ ਨਹੀਂ। ਤੇ ਉਹ ਮੇਰੇ ਹਸਬੈਂਡ ਕਹਿੰਦੇ ਕਿ ਮੇਰੀ ਬੇਟੀ ਨਿੱਕੀ ਜੀ ਛੋਟੀ ਜੀ ਮੈਂ 2011 ਮੇਰਾ ਬਾਕਾ ਮੈਂ ਨਿੱਕੀ ਜੀ ਹੁੰਦੀ ਇਹਦੇ ਕੋਲ ਲਈ ਆ। ਉਸ ਤੋਂ ਬਾਅਦ ਇਹਨਾਂ ਨੇ ਹੁਣ ਅੱਜ 10 ਸਾਲ ਦੀ ਉਹਦੇ ਘਰੋਂ ਕਰ ਦਿੱਤਾ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਬਾਹਰ ਕੱਢਿਆ? ਮੈਨੂੰ 2 ਸਾਲ ਹੋ ਗਏ, ਮੈਂ ਰੈਂਟ 'ਤੇ ਵੇਚ ਕੇ ਦਿੱਤੀ ਰਹਿ ਰਹੀ ਹਾਂ ਜਦੋਂ ਉਹਨਾਂ ਨੇ ਘਰ। ਅਤੇ ਕੰਪਲੇਂਟ ਕੀਤੀ ਗਈ ਕੋਈ ਕੰਪਲੇਂਟ? ਹਾਂਜੀ, ਮੈਂ ਹੁਣ ਅੰਮ੍ਰਿਤਸਰ ਵਿੱਚ ਮੇਰੀ ਗੁਰਦੁਆਰਾ ਵਿੱਚ ਆਈ ਸੀ। ਕੋਈ ਸੁਣਵਾਈ ਹੋਈ? ਕੋਈ ਸੁਣਵਾਈ ਨਹੀਂ ਤੁਹਾਡੀ ਅੱਜ ਤੱਕ? ਤਾਂ ਮੇਰੀ ਕੋਈ ਸੁਣਵਾਈ ਨਹੀਂ, ਕੋਈ ਜਾਂਚ ਨਹੀਂ। ਉਹ ਕਹਿੰਦੇ ਅਸੀਂ ਕੁਛ ਨਹੀਂ ਦੱਸ ਸਕਦੇ, ਅਸੀਂ ਦੱਸ ਦੇ ਕੇਸ ਲਾ ਕੇ ਸਕਦੇ ਹਾਂ ਕਿ ਅਸੀਂ ਜੋ ਜ਼ਬਰਦਸਤੀ ਨਹੀਂ ਦੱਸ ਸਕਦੇ। ਤੁਹਾਡਾ ਘਰ ਵਾਲਾ ਕੀ ਕਹਿੰਦਾ ਹੁਣ? ਮੇਰਾ ਘਰ ਵਾਲਾ ਕਹਿੰਦਾ ਵੀ ਇੱਕ ਨੌਕਰੀ ਛੱਡੇ ਅਤੇ ਮੇਰੀ ਕੁੜੀ ਨੂੰ ਛੋੜਾ, ਘਰੋਂ ਕੱਢਣਾ ਚਾਹੁੰਦਾ, ਜਾਂ ਕੁੜੀ ਨੂੰ ਮੈਂ ਰੱਖਣੀ। ਅੱਜ ਉਹ ਮੇਰੇ ਨਾਲ ਉਹਦੇ ਨਾਲ ਉਹਦੇ ਬਾਅਦ ਉਹਦਾ ਉਹਦੇ ਨਾਲ ਨਾਮ ਚਲਦੀ ਪਈ ਆ, ਉਹਦਾ ਆਧਾਰ ਕਾਰਡ ਵੀ ਉਹਦੇ ਨਾਂ 'ਤੇ ਆ। ਅੱਜ ਇੱਥੇ ਗੱਲ ਕਰ ਡੈਡੀ ਦਾ ਨਾਂ ਦੇਖੋ ਜੋਰਾ ਸੀਗਾ, ਸ਼ੁਰੂ ਤੋਂ ਮੈਂ ਬਚਪਨ ਤੋਂ ਮੈਂ ਲਈ ਹੈ, ਇੱਕਦਮ ਮੈਂ ਕਿਦਮ ਦੀ ਲਈ ਆ। ਜੇ ਮੈਂ ਬਚਪਨ ਤੋਂ ਲਈ ਆ ਤਾਂ ਫਿਰ ਹੀ ਮੈਂ ਰੱਖੀ ਆ ਨਾਲ। ਕੀ ਮੰਗ ਕੀ ਕਰਦੇ ਹੋ? ਮੈਂ ਹੀ ਮੰਗਦਾ ਵੀ ਮੇਰੀ ਬੇਟੀ ਨੂੰ ਇਨਸਾਫ ਦਵਾਇਆ ਜਾਵੇ, ਮੈਨੂੰ ਇਨਸਾਫ ਦਵਾਇਆ ਜਾਵੇ। ਮੈਨੂੰ ਜੋ ਮੇਰੀ ਬੇਟੀ ਦਾ ਹੱਕ ਆ ਮੈਂ ਕਿਰਾਏ 'ਤੇ ਰਹਿ ਰਹੀ ਹਾਂ, ਮੈਂ ਕਿਰਾਇਆ ਨਹੀਂ ਦੇ ਸਕਦੀ ਇਹਨਾਂ ਨਾ, ਮੈਂ ਕੋਰਟ ਕਚਹਿਰੀ ਵਿੱਚ ਚੱਕਰ ਕੱਢ ਸਕਦੀ। ਜਿੱਥੇ ਉਹ ਆਪ ਰਹਿ ਰਹੇ ਨੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ? ਅਤੇ ਮੈਨੂੰ ਹੋ ਗਿਆ 15-20 ਦਿਨ ਹੋ ਗਿਆ ਆਉਂਦਿਆਂ ਨੂੰ। ਤੁਹਾਨੂੰ ਕੋਈ ਨਿਆਇ ਨਹੀਂ ਮਿਲਿਆ ਤਾਂ ਅੱਜ ਤੱਕ? ਜੇਕਰ ਨਹੀਂ ਇੱਥੋਂ ਨਿਆਇ ਮਿਲਦਾ ਫਿਰ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ? ਮੈਂ ਕੋਰਟ ਅਦਾਲਤ ਦੇ ਚੱਕਰ ਨਹੀਂ ਕਰ ਸਕਦੀ, ਇੰਨੀ ਮੇਰੀ ਕਪੈਸਿਟੀ ਨਹੀਂ ਆ, ਇੰਨੇ ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ ਕੀ ਕਰਾਂ? ਮੈਂ ਕੁਝ ਨਹੀਂ, ਮੈਂ ਆਪਣੀ ਬੇਟੀ ਲੈ ਕੇ ਇਹਨੂੰ ਸਾਰੀ ਕਰ ਸਕਦੀ, ਮੈਂ ਮਾਰੀ ਸਕਦੀ, ਉਹ ਕੁਛ ਨਹੀਂ ਕਰ ਸਕਦੀ। ਮੇਰੀ ਜੇ ਬੱਚੀ ਨੂੰ ਨਾ ਅਪਣਾਇਆ, ਨਾ ਮੇਰੀ ਮੰਮੀ ਨੂੰ ਅਪਣਾਇਆ, ਮੈਂ ਕੋਈ ਨਾ ਕੋਈ ਆਪਣਾ ਕਰ ਨਹੀਂ ਸਕਦੀ। ਮੈਨੂੰ ਮੇਰੇ ਕੇਵਾਈ ਹੋ ਗਈ ਦਾ ਭਾਰ ਮੇਰਾ ਨਾਂ ਤਰਸਿੰਘ ਲਾਲ ਜੀ ਆ, ਪਿੰਡ ਤਲਵਾਰ ਮੋਹੀਕਲਾ, ਜ਼ਿਲ੍ਹਾ ਲੁਧਿਆਣਾ ਦਾ ਮੈਂ ਰਹਿਣ ਵਾਲਾ ਜੀ। ਅਤੇ ਮੈਂ ਇੱਥੇ ਮੇਰੀ ਬੇਟੀ ਦੀ ਤਰੀਕ ਇੱਥੇ ਪਈ, ਇਹਨਾਂ ਦੋਵਾਂ ਮੀਆਂ ਬੇਟੀ ਦਾ ਝਗੜਾ ਸੀ, ਇੱਥੇ ਮਹਿਲਾ ਸਰ ਮੰਡਲ ਵਿੱਚ ਅਸੀਂ ਆਏ ਹਾਂ, 2 ਵਾਰੀ ਪਹਿਲਾਂ ਵੀ ਆ ਚੁੱਕੇ ਹਾਂ, ਅੱਜ 17 ਤਰੀਕ ਨੂੰ ਅੱਜ ਵੀ ਆਏ ਹਾਂ। ਅਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ, ਵਿਚਾਰੀ ਬਹੁਤ ਗਰੀਬੀ ਆ, ਇਹ ਕਿਰਾਏ 'ਤੇ ਰਹਿ ਰਹੀ ਆ, ਇਹਦਾ ਕੋਈ ਹਾਨੀ ਕੋਈ ਸੁਣਵਾਈ ਨਹੀਂ ਹੋ ਰਹੀ, ਇਹਦੀ ਸੁਣਵਾਈ ਹੋਣੀ ਚਾਹੀਦੀ ਆ, ਬਹੁਤ ਤੰਗ ਪਰੇਸ਼ਾਨ ਕਰ ਰਹੀ ਆ। ਇਹਦਾ ਝਗੜਾ ਆ, ਕੀ ਮਾਮਲਾ ਕੀ ਹੈ? ਇਹ ਝਗੜਾ ਨਹੀਂ, ਇਹਨਾਂ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਕੇ ਕੰਪਲੇਂਟ ਦਿੱਤੀ ਰੰਜੂ ਬਾਲਾ। ਹਾਂਜੀ, ਪੁੱਤਰ ਜਿੰਦਰ ਸਿੰਘ ਸਿੰਘ ਆ, ਵੇਰਕੇ ਦੀ ਰਹਿਣ ਵਾਲੀ ਹੈ, ਆਪਣੇ ਪਤੀ ਨੇ ਜੋਰਾਵਰ ਸਿੰਘ ਦੇ ਨਹੀਂ ਜੋਰਾ ਸਿੰਘ ਦੇ ਖਿਲਾਫ਼ ਹੈ ਦਰਖਾਸਤ ਦਿੱਤੀ ਹੈ। ਅਤੇ ਇਹਦੀ ਇਨਕੁਆਇਰੀ ਜਿਹੜੀ ਹੈ ਸਾਡੇ ਬਿਸ਼ਨ ਸਿੰਘ ਕਰ ਰਹੇ ਆ, ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦੇ ਮੀਆਂ ਬੀਬੀ ਦਾ ਜਿਹੜਾ ਡਿਸਪਿਊਟ ਹੈਗਾ ਹੈ। ਹਾਂਜੀ, ਅਤੇ ਕੋਈ ਗੱਲ ਨਹੀਂ, ਆਪਾਂ ਇਹਨਾਂ ਨੂੰ ਤਰੀਕ ਦਿੱਤੀ, ਇਹਨਾਂ ਦੀ ਕਾਉਂਸਲਿੰਗ ਕਰਾਂਗੇ, ਜੋ ਵੀ ਫੈਕਟ ਆਉਣਗੇ ਉਹਦੇ ਹਿਸਾਬ ਨਾਲ ਵੀ ਕਰਾਂਗੇ। ਮੈਡਮ, ਉਹਨਾਂ ਦਾ ਕਹਿਣਾ ਕਿ ਕੋਈ ਨਿਆਇ ਨਹੀਂ ਮਿਲਿਆ ਨੂੰ ਰੰਜੂ ਬਾਲਾ ਜੀ? ਇਸ ਤਰ੍ਹਾਂ ਨਹੀਂ ਹੈ, ਰੰਜੂ ਬਾਲਾ ਨੇ ਰੰਜੂ ਬਾਲਾ ਦੀ ਮੈਂ ਵੀ ਅੱਜ ਸੁਣੀ ਆ, ਅਤੇ ਕਿਸ਼ਨ ਲਾਲ ਨੇ ਉਹਨਾਂ ਨੂੰ ਪ੍ਰੋਪਰ ਜਦੋਂ ਸਾਡੇ ਕੋਲ ਪਹਿਲੀ ਰਾਉਂਡ ਦੇ ਗੁੱਸੇ 'ਚ ਆਉਂਦੇ ਆ, ਜਦੋਂ 1-2 ਦਿਨ ਦੀ ਕਾਉਂਸਲਿੰਗ ਕਰਾਈ ਤੇ ਫਿਰ ਠੀਕ ਹੋ ਜਾਂਦਾ, ਸਮਝੌਤੇ ਵੀ ਹੁੰਦੇ ਕਰਨ ਵਾਸਤੇ, ਠੀਕ ਹੈ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ।